ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ। ਆਹ ਵਾਲੀ ਵੀਡੀਓ ਬਹੁਤ ਖਾਸ ਆ, ਕਿਉਂਕਿ ਮੈਂ ਬਹੁਤ ਟਾਈਮ ਤੋਂ ਬਣਾਉਣਾ ਚਾਹੁੰਦਾ ਸੀ ਅਤੇ ਇਹ ਵੀਡੀਓ ਲਈ ਮੈਂ ਕੋਈ ਸਕ੍ਰਿਪਟ ਵੀ ਨਹੀਂ ਤਿਆਰ ਕੀਤੀ, ਮਤਲਬ ਸਾਰੀਆਂ ਦਿਲ ਦੀਆਂ ਗੱਲਾਂ ਅੱਜ ਨਿਕਲਣਗੀਆਂ। ਸੋ ਇਹਦੇ ਵਿੱਚ ਮੈਂ ਆਪ ਵੀ ਥੋੜ੍ਹੇ ਜਿਹੇ ਪਰਸਨਲ ਐਕਸਪੀਰੀਅੰਸ ਆਪਦੇ ਸ਼ੇਅਰ ਕਰੂੰਗਾ। ਸੋ ਮੈਨੂੰ ਪਤਾ ਨਹੀਂ ਇਹ ਵੀਡੀਓ ਕਿੱਡੇ ਕੁ ਲੰਬੀ ਹੋਊਗੀ, ਪਰ ਆਪਾਂ ਸ਼ੁਰੂ ਕਰਦੇ ਹਾਂ। ਅਤੇ ਜੇ ਯੂਟਿਊਬ ਦੀ ਐਲਗੋਰਿਦਮ ਮੇਰੀ ਗੱਲ ਮੰਨ ਲਏ ਤਾਂ ਮੈਂ ਚਾਹੁੰਦਾ ਇਹ ਵੀਡੀਓ ਵੱਧ ਤੋਂ ਵੱਧ ਯੰਗ ਲੋਕਾਂ ਤੱਕ ਪਹੁੰਚੇ, ਕਿਉਂਕਿ ਬਹੁਤ ਸਾਰੇ ਇੱਦਾਂ ਦੇ ਬੱਚੇ ਨੇ ਯੰਗ ਲੋਕ, ਹੈ ਨਾ, ਖਾਸ ਕਰਕੇ ਜੋ ਬੰਦਾ ਸਕੂਲ 'ਚੋਂ ਨਵਾਂ ਨਵਾਂ ਨਿਕਲਿਆ ਹੁੰਦਾ 18-19-20 ਸਾਲ ਦਾ, ਜੋ ਕਿ ਆਪਦੇ ਘਰਦਿਆਂ ਦੀ ਰਿਸਪੈਕਟ ਨਹੀਂ ਕਰਦੇ, ਆਪਦੇ ਮਾਂ ਬਾਪ ਦੀ ਰਿਸਪੈਕਟ ਨਹੀਂ ਕਰਦੇ, ਉਹਨਾਂ ਨੂੰ ਪਤਾ ਨਹੀਂ ਘਰਦਿਆਂ ਦੀ ਵੈਲਿਊ ਕੀ ਹੁੰਦੀ ਆ। ਮੇ ਬੀ ਇਹ ਵੀਡੀਓ ਦੇਖ ਕੇ ਉਹਨਾਂ ਦਾ ਥੋੜ੍ਹਾ ਬਹੁਤਾ ਪੁਆਇੰਟ ਆਫ ਵਿਊ ਚੇਂਜ ਹੋ ਸਕਦਾ। ਬਿਨਾਂ ਟਾਈਮ ਵੇਸਟ ਕੀਤੇ ਪਹਿਲਾਂ ਆਪਾਂ ਵੀਡੀਓ ਚੱਲਦੇ ਹਾਂ। ਜਿਵੇਂ ਕਿ ਤੁਸੀਂ ਆਲਰੇਡੀ ਸਮਝ ਗਏ ਹੋਵੋਗੇ, ਆਹ ਵੀਡੀਓ ਹੈਗੀ ਆ ਮਾਂ ਬਾਪ 'ਤੇ, ਆਪਾਂ ਪੇਰੈਂਟਸ 'ਤੇ ਖਾਸ ਕਰਕੇ ਸਪੈਸ਼ਲ ਵੀਡੀਓ ਬਣਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਦੁਨੀਆ 'ਚ ਜਿੰਨੇ ਵੀ ਪੇਰੈਂਟਸ ਨੇ, ਜਿੰਨੇ ਵੀ ਮਾਂ ਬਾਪ ਨੇ, ਤੁਹਾਨੂੰ ਸਲੂਟ ਆ। ਪਹਿਲਾਂ ਕਿ ਆਪਾਂ ਹੁਣ ਵੀਡੀਓ 'ਚ ਚੱਲੀਏ, ਮੈਂ ਤੁਹਾਨੂੰ ਇਹ ਚੀਜ਼ ਕਹਿਣਾ ਚਾਹੁੰਦਾ ਕਿ ਇਹੀ ਦੋ ਇਨਸਾਨ ਨੇ ਜਿਨ੍ਹਾਂ 'ਤੇ ਤੁਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹੋ, ਹੋਰ ਕੋਈ ਨਹੀਂ ਹੈਗਾ। ਕਿਉਂਕਿ ਮਾਂ ਬਾਪ ਤੁਹਾਨੂੰ ਅਨਕੰਡੀਸ਼ਨਲ ਲਵ ਕਰਦੇ ਨੇ। ਅਨਕੰਡੀਸ਼ਨਲ ਲਵ ਜੇ ਤੁਸੀਂ ਗੂਗਲ 'ਤੇ ਜਾ ਕੇ ਵੀ ਆਪ ਸਰਚ ਕਰਨਾ ਚਾਹੁੰਦੇ ਹੋ, ਉਹਦਾ ਮਤਲਬ ਆ ਵੀ ਬਿਨਾਂ ਕੰਡੀਸ਼ਨ ਤੋਂ ਪਿਆਰ। ਮਤਲਬ ਜੇ ਸਾਰੀ ਦੁਨੀਆ ਦੀ ਨਜ਼ਰਾਂ 'ਚ ਤੁਸੀਂ ਮਾੜੇ ਹੋ, ਸਾਰੀ ਦੁਨੀਆ ਤੁਹਾਨੂੰ ਗਲਤ ਕਹਿ ਰਹੀ ਆ, ਤੁਹਾਡੇ ਮਾਂ ਬਾਪ ਤੁਹਾਨੂੰ ਫਿਰ ਵੀ ਪਿਆਰ ਕਰਨਗੇ। ਜੇ ਤੁਸੀਂ ਕੋਈ ਗਲਤੀ ਕੀਤੀ ਆ, ਉਹ ਤੁਹਾਨੂੰ ਮਾਫ਼ ਕਰਨਗੇ। ਜੇ ਤੁਸੀਂ ਉਹਨਾਂ ਦਾ ਦਿਲ ਤੋੜਿਆ, ਉਹ ਫਿਰ ਵੀ ਤੁਹਾਨੂੰ ਪਿਆਰ ਕਰਨਗੇ, ਕਿਉਂਕਿ ਉਹ ਤੁਹਾਨੂੰ ਅਨਕੰਡੀਸ਼ਨਲ ਬਿਨਾਂ ਕੋਈ ਕੰਡੀਸ਼ਨ ਤੋਂ ਪਿਆਰ ਕਰਦੇ ਨੇ। ਹੁਣ ਜਦੋਂ ਮੈਂ ਆਪਦਾ ਐਕਸਪੀਰੀਅੰਸ ਇੱਥੇ, ਹੈ ਨਾ, ਐਡ ਅਪ ਕਰਾਂ, ਸਭ ਨੂੰ ਜ਼ਿਆਦਾ ਮੈਨੂੰ ਇਹ ਚੀਜ਼ ਉਦੋਂ ਹਿੱਟ ਹੋਈ ਜਦੋਂ ਮੈਂ ਬਾਹਰ ਮੂਵ ਹੋਇਆ ਸੀ ਪੜ੍ਹਾਈ ਲਈ। ਜ਼ਿਆਦਾ ਲੋਕਾਂ ਨੂੰ ਪਤਾ ਨੀਗਾ, ਕੈਨੇਡਾ ਆਉਣ ਤੋਂ ਪਹਿਲਾਂ ਮੈਂ ਯੂਰਪ ਰਹਿੰਦਾ ਸੀ ਆਪਦੀ ਫੈਮਿਲੀ ਨਾਲ। ਚਲੋ ਫੈਮਿਲੀ ਅਜੇ ਉੱਥੇ ਹੀ ਆ। ਸੋ ਮੈਂ ਇੱਥੇ ਕੈਨੇਡਾ ਮੂਵ ਹੋਇਆ ਸੀ ਪੜ੍ਹਾਈ ਲਈ, ਅਤੇ ਉਦੋਂ ਜਦੋਂ ਮੈਂ ਇੱਥੇ ਆਇਆ, ਉਦੋਂ ਇਹ ਚੀਜ਼ ਸਭ ਨੂੰ ਜ਼ਿਆਦਾ ਮੈਨੂੰ ਹਿੱਟ ਕੀਤੀ, ਕਿਉਂਕਿ ਬੰਦਾ ਜੋ ਨਵਾਂ ਨਵਾਂ ਆਉਂਦਾ, ਘਰਦਿਆਂ ਤੋਂ ਦੂਰ ਹੁੰਦਾ, ਹੁਣ ਮੈਨੂੰ ਲੱਗਦਾ 80% ਜਿਹੜੇ, ਹੈ ਨਾ, ਆਪਣੇ ਨਿਆਣੇ ਨੇ ਸਾਰਿਆਂ ਦਾ ਸੇਮ ਹੀ ਬਚਪਨਾ ਹੁੰਦਾ, ਬੰਦਾ ਛੋਟਾ ਹੁੰਦਾ, ਘਰਦਿਆਂ ਨਾਲ ਹੀ ਜ਼ਿਆਦਾ ਰਿਹਾ ਹੁੰਦਾ। ਬਹੁਤ ਘੱਟ ਓਕੇਜ਼ਨ ਨੇ ਜਿੱਥੇ ਬੰਦਾ ਲੰਬੇ ਟਾਈਮ ਲਈ ਘਰਦਿਆਂ ਤੋਂ ਦੂਰ ਰਿਹਾ ਹੋਵੇ, ਹੈ ਨਾ, ਬਚਪਨ ਵਿੱਚ। ਪਰ 70-80% ਦਾ ਬਚਪਨਾ ਸਾਰਾ ਸੇਮ ਹੀ ਆ, ਆਪਾਂ ਸਾਰੇ ਘਰਦਿਆਂ ਨਾਲ ਹੀ ਰਹੇ ਹੁੰਦੇ ਹਾਂ, ਹੈ ਨਾ, ਜ਼ਿਆਦਾ ਕਦੇ ਘਰੋਂ ਦੂਰ ਨਹੀਂ ਹੋਏ ਹੁੰਦੇ। ਸੋ ਉਦੋਂ ਜਦੋਂ ਮੈਂ ਬਿਲਕੁਲ ਇੱਧਰ ਮੂਵ ਹੋਇਆ, ਮੈਨੂੰ ਉਦੋਂ ਮਾਂ ਬਾਪ ਦੀ ਵੈਲਿਊ ਪਤਾ ਲੱਗੀ। ਜੋ ਤੁਸੀਂ ਰੋਜ਼ ਉਹਨਾਂ ਨਾਲ ਟਾਈਮ ਸਪੈਂਡ ਕਰਦੇ ਹੋ, ਕਦੇ ਕਦੇ ਤੁਸੀਂ ਉਹ ਚੀਜ਼ ਨੂੰ ਅੰਡਰ ਐਸਟੀਮੇਟ ਕਰ ਦਿੰਦੇ ਹੋ, ਪਰ ਜਦੋਂ ਤੁਸੀਂ ਜਿੱਦਣ ਤੁਸੀਂ ਆਪਦੇ ਘਰਦਿਆਂ ਤੋਂ ਦੂਰ ਹੋਵੋਗੇ, ਉਦਣ ਤੁਹਾਨੂੰ ਪਤਾ ਲੱਗੂ ਵੀ ਘਰ 'ਤੇ ਕੀ ਚੀਜ਼ ਹੁੰਦੇ ਨੇ। ਸਭ ਤੋਂ ਪਹਿਲਾਂ ਬੰਦਾ ਜੋ, ਹੈ ਨਾ, ਨਵੀਂ ਨਵੀਂ ਜਗ੍ਹਾ ਆਉਂਦਾ, ਮੈਨੂੰ ਲੱਗਦਾ ਇਹ ਚੀਜ਼ ਨਾਲ ਜਿੰਨੇ ਵੀ ਲੋਕ ਬਾਹਰਲੇ ਦੇਸ਼ ਰਹਿੰਦੇ ਨੇ, ਜਿਹੜੀ ਵੀ ਕੰਟਰੀ 'ਚ ਤੁਸੀਂ ਰਹਿੰਦੇ ਹੋਵੋਗੇ, ਤੁਸੀਂ ਇਹ ਚੀਜ਼ ਨਾਲ ਬਹੁਤ ਰਿਲੇਟ ਕਰ ਸਕਦੇ ਹੋ, ਕਿਉਂਕਿ ਤੁਹਾਡੇ ਨਾਲ ਵੀ ਪ੍ਰੋਬਬਲੀ ਇਹ ਸੇਮ ਐਕਸਪੀਰੀਅੰਸ ਹੋਇਆ ਹੋਊਗਾ। ਸੋ ਬੰਦਾ ਨਵਾਂ ਨਵਾਂ ਆਉਂਦਾ, ਬਹੁਤ ਪ੍ਰੋਬਲਮਾਂ ਆਉਂਦੀਆਂ ਨੇ, ਹੈ ਨਾ। ਸਭ ਤੋਂ ਕਾਮਨ ਪ੍ਰੋਬਲਮ ਜੇ ਆਪਾਂ ਦੇਖੀਏ, ਨੰਬਰ 1 ਹੁੰਦਾ ਪੈਸਾ। ਵੀ ਆਪਾਂ ਜਦੋਂ ਨਵੀਂ ਜਗ੍ਹਾ ਆਉਂਦੇ ਹਾਂ, ਕੰਮ ਕੁੰਮ ਚਾਹੀਦਾ ਹੁੰਦਾ, ਕੋਈ ਪ੍ਰੋਪਰ, ਹੈ ਨਾ, ਇਨਕਮ ਚਾਹੀਦੀ ਹੁੰਦੀ ਆ ਵੀ ਆਈ ਜਾਵੇ। ਓਬਵੀਅਸਲੀ ਘਰਦੇ ਤਾਂ ਆਪਾਂ ਨੂੰ ਕਹਿੰਦੇ ਨੇ ਵੀ ਚੱਲ ਤੂੰ ਜ਼ਿਆਦਾ ਟੈਨਸ਼ਨ ਨਾ ਕਰੀ, ਅਸੀਂ ਤੈਨੂੰ ਭੇਜੀ ਆਵਾਂਗੇ, ਹੈ ਨਾ, ਖਰਚਾ ਤੂੰ ਆਪਦੀ ਵਧੀਆ ਲਾਈਫ ਇੰਜੋਏ ਕਰ। ਪਰ ਓਬਵੀਅਸਲੀ ਜੋ ਆਪਾਂ ਬਾਹਰ ਆਉਂਦੇ ਹਾਂ, ਆਪਾਂ ਨੂੰ ਸਮਝ ਆਉਂਦੀ ਆ ਵੀ ਪੈਸਾ ਬਣਦਾ ਕਿਵੇਂ ਆ। ਆਪਣਾ ਵੀ ਨਹੀਂ ਮਨ ਕਰਦਾ ਵੀ ਯਾਰ ਆਪਾਂ ਬਾਰ ਬਾਰ ਘਰਦਿਆਂ ਨੂੰ ਤੰਗ ਕਰੀਏ। ਇਹ ਚੀਜ਼ ਮੈਂ ਇੱਥੇ ਆ ਕੇ ਸਿੱਖੀ ਕਿ ਖਾਲੀ ਜੇਬ ਅਤੇ ਖਾਲੀ ਢਿੱਡ ਤੁਹਾਨੂੰ ਜ਼ਿੰਦਗੀ ਦੇ ਸਭ ਤੋਂ ਬੜੇ ਲੈਸਨ ਸਿਖਾਉਣਗੇ। ਅਤੇ ਮੈਨੂੰ ਲੱਗਦਾ ਹਰ ਕਿਸੇ ਬੰਦੇ ਨੂੰ ਇਹ ਚੀਜ਼ ਐਕਸਪੀਰੀਅੰਸ ਕਰਨੀ ਵੀ ਚਾਹੀਦੀ ਆ, ਕਿਉਂਕਿ ਇਹ ਚੀਜ਼ ਤੁਹਾਨੂੰ ਬਹੁਤ ਕੁਛ ਸਿਖਾਊਗੀ ਲਾਈਫ 'ਚ। ਇਹ ਚੀਜ਼ ਤੁਹਾਨੂੰ ਇਹ ਵੀ ਸਿਖਾਊਗੀ ਵੀ ਕੌਣ ਤੁਹਾਡੇ ਨਾਲ ਆ ਔਖੇ ਵਕਤ 'ਚ ਅਤੇ ਕੌਣ ਨਹੀਂ ਆ, ਕੌਣ ਤੁਹਾਡੇ ਨਾਲ ਖੜਦਾ, ਕੌਣ ਤੁਹਾਡੀ ਹੈਲਪ ਕਰਦਾ, ਕੌਣ ਨਹੀਂ, ਕੌਣ ਤੁਹਾਡੇ ਔਖੇ ਵਕਤ ਦਾ ਫਾਇਦਾ ਉਠਾਉਂਦਾ, ਮਜ਼ਾਕ ਉਡਾਉਂਦਾ। ਤੋ ਜਦੋਂ ਤੁਸੀਂ ਆਹ ਵਾਲੇ ਐਕਸਪੀਰੀਅੰਸ 'ਚੋਂ ਨਿਕਲ ਜਾਂਦੇ ਹੋ, ਤੁਸੀਂ ਬਹੁਤ ਟਫ ਹੋ ਜਾਂਦੇ ਹੋ, ਤੁਸੀਂ ਬਹੁਤ ਕੁਛ ਸਿੱਖ ਜਾਂਦੇ ਹੋ ਹੋਰ, ਕਿਉਂਕਿ ਆਪਾਂ ਨੂੰ ਮਤਲਬ ਦੁਨੀਆਦਾਰੀ ਦੀ ਅਸਲੀਅਤ ਜੀ ਦਿਖਣ ਲੱਗ ਜਾਂਦੀ ਆ, ਰਿਐਲਿਟੀ ਦਿਖਣ ਲੱਗ ਜਾਂਦੀ ਆ।
ਆਪਣੇ 'ਤੇ ਨਵੀਂ ਨਵੀਂ ਜ਼ਿੰਮੇਵਾਰੀ ਪੈਂਦੀ ਆ। ਆਪਾਂ ਨੂੰ ਜੋ ਸਵੇਰੇ ਆਪਾਂ ਉੱਠਦੇ ਹਾਂ, ਆਪਾਂ ਨੂੰ ਕੋਈ ਠਾਲਦਾ ਨਹੀਂ ਹੈਗਾ, ਆਪਾਂ ਨੂੰ ਕੋਈ ਐਂ ਨਹੀਂ ਕਹਿੰਦਾ ਵੀ ਆ ਜਾ ਰੋਟੀ ਤਿਆਰ ਹੋ ਗਈ। ਆਪ ਹੀ ਸਾਰਾ ਕੁਛ ਕਰਨਾ ਪੈਂਦਾ, ਆਪ ਹੀ ਆਪਦੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ, ਆਪਦੀ ਜਗ੍ਹਾ 'ਚ ਸਾਫ਼ ਸਫਾਈ ਰੱਖਣੀ, ਹੈ ਨਾ। ਉਹ ਮਾਂ ਬਾਪ ਨਹੀਂ ਹੈਗੇ ਜੋ ਇਹ ਸਾਰਾ ਕੁਛ ਆਪਣੇ ਲਈ ਕਰਨਗੇ, ਆਪਾਂ ਨੂੰ ਖੁਦ ਕਰਨਾ ਪੈਣਾ। ਸੋ ਉਦੋਂ ਬੰਦੇ ਨੂੰ ਇਹ ਚੀਜ਼ ਹਿੱਟ ਕਰਦੀ ਆ ਵੀ ਯਾਰ ਮੇਰੀ ਲਾਈਫ ਉਦੋਂ ਕਿੰਨੀ ਈਜ਼ੀ ਹੁੰਦੀ ਸੀ, ਕਿੰਨੀ ਸਿੰਪਲ ਹੁੰਦੀ ਸੀ, ਅਤੇ ਹੁਣ ਅਚਾਨਕ ਕਿੰਨਾ ਕੁਛ ਕੰਪਲੀਕੇਟ ਹੋ ਗਿਆ, ਕਿਉਂਕਿ ਬੰਦਾ ਨਵਾਂ ਨਵਾਂ ਰਿਐਲਿਟੀ ਅਸਲੀ ਲਾਈਫ ਵਿੱਚ ਵੜ ਰਿਹਾ ਹੁੰਦਾ, ਜ਼ਿੰਮੇਵਾਰੀਆਂ ਪੈਂਦੀਆਂ ਨੇ। ਸੋ ਜਦੋਂ ਵੀ ਤੁਸੀਂ ਕਿਤੇ ਮੂਵ ਹੋਵੋਗੇ, ਡਜ਼ਨਟ ਮੈਟਰ ਚਾਹੇ ਮੂਵ ਨਾ ਵੀ ਹੋ, ਹੈ ਨਾ, ਚਾਹੇ ਤੁਸੀਂ ਆਪਦੇ ਘਰਦਿਆਂ ਨਾਲ ਹੀ ਰਹਿੰਦੇ ਹੋ, ਪਰ ਜੋ ਤੁਸੀਂ ਆਪ ਕਮਾਉਣ ਲੱਗੋਗੇ ਨਾ, ਤੁਹਾਨੂੰ ਫਿਰ ਸਮਝ ਆਊਗੀ ਵੀ ਪੈਸਾ ਬਣਦਾ ਕਿਵੇਂ ਆ। ਹੁਣ ਤੁਸੀਂ ਸੋਚ ਕੇ ਦੇਖੋ, ਆਪਾਂ ਜਿੰਨੀ ਵਾਰ ਵੀ ਘਰਦਿਆਂ ਤੋਂ ਪੈਸਾ ਮੰਗਿਆ, ਉਹਨਾਂ ਨੇ ਕਦੇ ਆਪਾਂ ਨੂੰ ਜਵਾਬ ਨਹੀਂ ਦਿੱਤਾ। ਆਪਾਂ ਕੋਈ ਵੀ ਚੀਜ਼ ਮੰਗਦੇ ਹਾਂ, ਕਦੇ ਕੋਈ ਨਾਂਹ ਨਹੀਂ ਕੀਤੀ, ਹਮੇਸ਼ਾ ਜੋ ਵੀ ਆਪਾਂ ਮੰਗਿਆ ਐਂ ਸਾਹਮਣੇ ਲਿਆ ਦਿੰਦੇ ਸੀ। ਤਾਂ ਤੁਸੀਂ ਇਹ ਚੀਜ਼ ਸੋਚ ਕੇ ਦੇਖੋ, ਇਹ ਚੀਜ਼ ਉੱਤੇ ਰਿਫਲੈਕਟ ਕਰਕੇ ਦੇਖੋ, ਅਤੇ ਤੁਸੀਂ ਇਹ ਸੇਮ ਚੀਜ਼ ਹੁਣ ਆਪਦੇ ਉਹਦੇ ਨਾਲ ਕੰਪੇਅਰ ਕਰੋ। ਤੁਸੀਂ ਆਪਦੀ ਕਮਾਈ ਜਦੋਂ ਕਰਨ ਲੱਗਣਾ, ਤੁਸੀਂ ਬਹੁਤ ਸੋਚ ਸਮਝ ਕੇ ਖਰਚੇ ਕਰਨੇ ਸ਼ੁਰੂ ਕਰ ਦੇਣੇ ਨੇ, ਤੁਸੀਂ ਇਕੱਲੀ ਇਕੱਲੀ ਚੀਜ਼ ਦਾ ਪ੍ਰਾਈਸ ਦੇਖਣਾ ਸ਼ੁਰੂ ਕਰ ਦੇਣਾ, ਕਿਉਂਕਿ ਓਬਵੀਅਸਲੀ ਤੁਹਾਨੂੰ ਪਤਾ ਲੱਗ ਜਾਣਾ, ਤੁਹਾਨੂੰ ਸਮਝ ਆ ਜਾਣੀ ਆ ਵੀ ਪੈਸਾ ਐਕਚੁਅਲ 'ਚ ਬਣਦਾ ਕਿਵੇਂ ਆ। ਇਹ ਹੋ ਗਿਆ ਨਾ ਚੱਲ ਪੈਸੇ ਵਾਲੀ ਗੱਲ। ਮੈਂ ਪਹਿਲਾਂ ਕਿਹਾ ਸੀ ਖਾਲੀ ਜੇਬ ਅਤੇ ਖਾਲੀ ਢਿੱਡ, ਹੁਣ ਗੱਲ ਆਉਂਦੀ ਹੈ ਢਿੱਡ 'ਤੇ। ਦੂਸਰੀ ਸਭ ਤੋਂ ਬੜੀ ਪ੍ਰੋਬਲਮ ਜਿਹੜੀ ਬੰਦਾ ਫੇਸ ਕਰਦਾ, ਜੋ ਬੰਦਾ ਦੂਰ ਹੁੰਦਾ ਘਰਦਿਆਂ ਤੋਂ, ਉਹ ਇਹ ਆ ਵੀ ਢਿੱਡ ਕਿਵੇਂ ਭਰਨਾ। ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਕਿਹਾ, ਕਿਸੇ ਨੇ ਨਹੀਂ ਤੁਹਾਨੂੰ ਸਵੇਰੇ ਠਾਲ ਕੇ ਕਹਿਣਾ ਵੀ ਆ ਜਾ ਰੋਟੀ ਬਣ ਗਈ, ਆਪ ਹੀ ਤੁਹਾਨੂੰ ਕਰਨਾ ਪੈਣਾ ਸਾਰਾ ਕੁਛ। ਜਿੰਨੇ ਵੀ ਆਪਾਂ ਆਉਂਦੇ ਹਾਂ ਨਾ, ਆਪਾਂ ਪਰਫੈਕਟ ਕੁੱਕ ਨਹੀਂ ਹੁੰਦੇ, ਆਪਾਂ ਨੂੰ ਐਂ ਨਹੀਂ ਵੀ ਹਰੇਕ ਡਿਸ਼ ਬਣਾਉਣੀ ਆਉਂਦੀ ਆ। ਉਹ ਜੇ ਵਕਤਾਂ 'ਚ ਬੰਦਾ ਐਂ ਦੇਖਦਾ ਯਾਰ ਜਿਵੇਂ ਚੱਲਦਾ ਚਲਾਈ ਚੱਲੋ, ਹੈ ਨਾ, ਬੰਦਾ ਮਾੜਾ ਮੋਟਾ ਬਾਹਰੋਂ ਚਲਾਈ ਜਾਂਦਾ, ਔਖਾ ਸੌਖਾ ਕਰੀ ਜਾਂਦਾ, ਪਰ ਉਹ ਟਾਈਮ ਵਿੱਚ ਤੁਹਾਨੂੰ ਘਰ ਦੀ ਰੋਟੀ ਯਾਦ ਆਊਗੀ, ਮਾਂ ਦੇ ਹੱਥਾਂ ਦੀ ਰੋਟੀ ਫਿਰ ਤੁਹਾਨੂੰ ਯਾਦ ਆਊਗੀ, ਅਤੇ ਤੁਹਾਨੂੰ ਉਦੋਂ ਰਿਅਲਾਈਜ਼ ਹੋਣਾ ਵੀ ਉਹ ਚੀਜ਼ ਤੁਸੀਂ ਕਿੰਨੀ ਨੋਰਮਲੀ ਲੈਂਦੇ ਸੀ। ਉਹ ਜਿਹੜੀ ਚੀਜ਼ ਤੁਹਾਡੇ ਲਈ ਇੱਕ ਟਾਈਮ ਨੋਰਮਲ ਹੁੰਦੀ ਸੀ, ਹੈ ਨਾ, ਵੀ ਰੋਟੀ ਖਾਣ ਦਾ ਟਾਈਮ ਆ ਗਿਆ ਰੋਟੀ ਖਾ ਲਈ, ਉਹ ਅੱਜ ਤੁਹਾਡੇ ਲਈ ਕਿੰਨੀ ਕੀਮਤੀ ਆ। ਅਤੇ ਹਰ ਕਿਸੇ ਬੰਦੇ ਦੀ ਕਹਾਣੀ ਡਿਫਰੈਂਟ ਹੁੰਦੀ ਆ, ਕੋਈ ਇਹ ਚੀਜ਼ ਨਾ, ਹੈ ਨਾ, ਅਡੈਪਟ ਕਰ ਲੈਂਦਾ, ਆਉਂਦੇ ਨੂੰ ਉਹਨੂੰ ਕੰਮ ਵੀ ਮਿਲ ਜਾਂਦਾ, ਆਪਦਾ ਕਮਾਈ ਕਰਨ ਲੱਗ ਜਾਂਦਾ, ਹੈ ਨਾ, ਉਹਨੂੰ ਖਾਣਾ ਪਾਣੀ ਦਾ ਵੀ ਨਹੀਂ ਕੋਈ ਪ੍ਰੋਬਲਮ ਹੁੰਦੀ। ਕਈਆਂ ਦਾ ਸੇਮ ਸਿਚੁਏਸ਼ਨ ਨਹੀਂ ਹੁੰਦਾ, ਕਈ ਬੰਦੇ ਬਾਹਰਲੇ ਦੇਸ਼ ਆਉਂਦੇ ਨੇ, ਵਿਚਾਰਿਆਂ ਨੂੰ ਪਹਿਲੇ 5-6 ਮਹੀਨੇ ਕੋਈ ਕੰਮ ਨਹੀਂ ਮਿਲਦਾ, ਉਹਨਾਂ ਨੂੰ ਇੰਨੇ ਪੈਸਿਆਂ ਦੀ ਪ੍ਰੋਬਲਮ ਆ, ਪ੍ਰੋਬਬਲੀ ਮੇ ਬੀ ਉਹਨਾਂ ਨੂੰ ਕੁਛ ਬਣਾਉਣਾ ਵੀ ਨਹੀਂ ਆਉਂਦਾ, ਰੋਟੀ ਪਾਣੀ ਦੀ ਵੀ ਪ੍ਰੋਬਲਮ ਆ। ਜੇ ਪੈਸਿਆਂ ਦੀ ਪ੍ਰੋਬਲਮ ਆ ਤਾਂ ਅੱਗੇ ਰੋਟੀ ਦੀ ਵੀ ਪ੍ਰੋਬਲਮ ਆਉਣੀ ਆ, ਕਿਉਂਕਿ ਫਿਰ ਉਹ ਖਰਚਾ ਨਹੀਂ ਇੰਨਾ ਕਰ ਸਕਦੇ, ਮਗਰ ਉਹ ਸਾਰਾ ਮੰਗਾਉਣਾ ਪੈਂਦਾ। ਸੋ ਉਹ ਟਾਈਮਾਂ ਵਿੱਚ ਬਹੁਤ ਸਾਰੇ ਡਿਪਰੈਸ਼ਨ ਵਿੱਚ ਚਲ ਜਾਂਦੇ ਨੇ, ਬਹੁਤ ਸਾਰੇ, ਹੈ ਨਾ, ਬੰਦੇ ਦੁਖੀ ਹੋ ਜਾਂਦੇ ਨੇ, ਬੰਦਾ ਸੋਚਣ ਲੱਗ ਜਾਂਦਾ ਯਾਰ ਮੈਂ ਸਹੀ ਕੀਤਾ, ਮੈਨੂੰ ਆਉਣਾ ਚਾਹੀਦਾ ਸੀ ਇੱਥੇ ਕਿ ਨਹੀਂ। ਉਹ ਵਕਤਾਂ 'ਚ ਕਈ ਲੋਕ ਗਲਤ ਕੰਮਾਂ 'ਚ ਪੈ ਜਾਂਦੇ ਨੇ, ਗਲਤ ਸਰਕਲ 'ਚ ਪੈ ਜਾਂਦੇ ਹੋ, ਗਲਤ ਲੋਕਾਂ ਨਾਲ ਉੱਠਣੀ। ਹੁਣ ਤੁਸੀਂ ਇਹ ਯਾਦ ਰੱਖਿਓ ਵੀ ਲੱਖ ਜਿੰਨੇ ਮਰਜ਼ੀ ਤੁਸੀਂ ਯਾਰ ਦੋਸਤ ਬਣਾ ਲਓ, ਜਿੰਨਾ ਮਰਜ਼ੀ ਤੁਸੀਂ ਆਪਦਾ ਐਂ ਸਰਕਲ 'ਚ ਬੜਾ ਕਰ ਲਓ, ਔਖੇ ਵਕਤ 'ਚ ਜਦੋਂ ਮਾੜਾ ਟਾਈਮ ਆਉਂਦਾ ਉਦੋਂ ਮਾਂ ਬਾਪ ਹੀ ਖੜ੍ਹਦੇ ਨੇ, ਉਦੋਂ ਹੋਰ ਕੋਈ ਨਹੀਂ ਖੜ੍ਹਦਾ ਹੈਗਾ। ਜਿੱਥੇ ਕੋਈ ਨਹੀਂ ਖੜ੍ਹਦਾ ਉੱਥੇ ਤੁਹਾਡੇ ਮਾਂ ਬਾਪ ਖੜ੍ਹਨਗੇ। ਸੋ ਜਦੋਂ ਇਹੋ ਜਿਹੇ ਔਖੇ ਵਕਤ ਆਉਂਦੇ ਨੇ, ਬੰਦਾ ਘਰੋਂ ਵੀ ਦੂਰ ਹੁੰਦਾ, ਬਹੁਤ ਸਾਰੇ ਲੋਕ ਗਲਤ ਕੰਮਾਂ 'ਚ ਪੈ ਜਾਂਦੇ ਨੇ, ਜਾਂ ਡਰਿੰਕ ਕਰਨ ਲੱਗ ਜਾਂਦੇ ਨੇ, ਜਾਂ ਕੋਈ ਡਰੱਗ ਕਰਨ ਲੱਗ ਜਾਂਦੇ ਨੇ। ਜੇ ਤੁਸੀਂ ਵੀ ਉਹ ਸਿਚੁਏਸ਼ਨ 'ਚੋਂ, ਹੁਣ ਤੁਹਾਡੀ ਲਾਈਫ ਬਹੁਤ ਔਖੀ ਆ, ਤੁਹਾਡਾ ਮਨ ਤੁਹਾਨੂੰ ਗਲਤ ਪਾਸੇ ਲਿਜਾ ਰਿਹਾ, ਤਾਂ ਤੁਸੀਂ ਇਹ ਚੀਜ਼ ਸੋਚ ਕੇ ਦੇਖੋ ਵੀ ਜਿੱਦਣ ਤੋਂ ਤੁਸੀਂ ਪੈਦਾ ਹੋਏ ਹੋ, ਉਸ ਦਿਨ ਤੋਂ ਹੁਣ ਤੱਕ ਤੁਹਾਡੇ ਘਰਦਿਆਂ ਨੇ ਜਿੰਨੇ ਪਿਆਰ ਨਾਲ ਤੁਹਾਨੂੰ ਪਾਲਿਆ, ਜਿੰਨਾ ਤੁਹਾਡਾ ਖਿਆਲ ਰੱਖਿਆ, ਜਿੰਨੇ ਤੁਹਾਡੇ 'ਤੇ ਇਨਵੈਸਟਮੈਂਟ ਕੀਤੀ ਆ, ਉਹ ਸਾਰਾ ਕੁਛ ਇਹ ਚੀਜ਼ ਲਈ ਕੀਤੀ ਆ ਵੀ ਇੱਕ ਦਿਨ ਅਸੀਂ ਆਪਦੇ ਨਿਆਣੇ ਨੂੰ ਇਹ ਹਾਲਾਤ 'ਚ ਦੇਖੀਏ ਵੀ ਗਲਤ ਕੰਮਾਂ 'ਚ ਪੈ ਗਿਆ, ਹੈ ਨਾ। ਨਾਲੇ ਉਹ ਕੁਛ ਨਹੀਂ ਵਾਪਸੀ 'ਚ ਚਾਹੁੰਦੇ, ਜਿੰਨਾ ਪੈਸਾ ਉਹਨਾਂ ਨੇ ਤੁਹਾਡੇ 'ਤੇ ਲਾਇਆ ਉਹ ਵਾਪਸ ਨਹੀਂ ਚਾਹੁੰਦੇ ਹੈਗੇ, ਉਹ ਤੁਹਾਨੂੰ ਬਸ ਸਕਸੈਸਫੁਲ ਦੇਖਣਾ ਚਾਹੁੰਦੇ ਨੇ, ਤੁਹਾਡੀ ਤਰੱਕੀ ਦੇਖਣਾ ਚਾਹੁੰਦੇ ਨੇ। ਪਹਿਲਾਂ ਕੀ ਤੁਹਾਡਾ ਮਨ ਤੁਹਾਨੂੰ ਕਹੇ
ਵੀ ਗਲਤ ਪਾਸੇ ਜਾ, ਕਿਉਂਕਿ ਮਨ ਕਦੇ ਕਦੇ ਸ਼ੈਤਾਨ ਹੋ ਜਾਂਦਾ ਹਨਾ। ਮਨ ਕਹਿੰਦਾ ਵੀ ਕੋਈ ਨਾ ਕੋਈ ਦੇਖ ਨਹੀਂ ਰਿਹਾ ਹਨਾ, ਵੀ ਇੱਥੇ ਕਿਹੜਾ ਕਿਸਮ ਪਤਾ ਲੱਗਣਾ। ਪਰ ਤੁਸੀਂ ਇਹ ਚੀਜ਼ ਯਾਦ ਕਰਿਆ ਕਰੋ, ਆਪਦੇ ਮਾਂ ਬਾਪ ਬਾਰੇ ਉਦੋਂ ਸੋਚ ਲਿਆ ਕਰੋ ਹਨਾ, ਸੋਚਿਆ ਕਰੋ ਜੇ ਉਹਨਾਂ ਨੂੰ ਇਹ ਚੀਜ਼ ਪਤਾ ਲੱਗੂ ਤਾਂ ਉਹ ਕੀ ਸੋਚਣਗੇ। ਜਿੰਨੇ ਵੀ ਤੁਹਾਡੇ ਤੇ ਔਖੇ ਵਕਤ ਆਉਣਗੇ, ਮੈਂ ਕਹਿੰਦਾ ਵਧੀਆ ਹੀ ਆ, ਕਿਉਂਕਿ ਮੇਰੀ ਲਾਈਫ 'ਚ ਜਿੰਨੇ ਵੀ ਹਾਰਡ ਟਾਈਮ ਆਏ ਸੀ ਉਹ ਮੈਨੂੰ ਕੁਛ ਸਿਖਾ ਕੇ ਗਏ ਨੇ। ਔਖੇ ਵਕਤ ਤੋਂ ਬਾਅਦ ਮੇਰੀ ਲਾਈਫ 'ਚ ਹਮੇਸ਼ਾ ਵਧੀਆ ਹੀ ਚੀਜ਼ਾਂ ਆਈਆਂ ਨੇ। ਹਰ ਵਾਰ ਜਦੋਂ ਤੁਹਾਡੀ ਲਾਈਫ ਥੋੜ੍ਹੀ ਜਿਹੀ ਔਖੀ ਹੁੰਦੀ ਆ, ਉਹ ਚੀਜ਼ ਉਹ ਵਕਤ ਤੁਹਾਨੂੰ ਕੁਛ ਸਿਖਾਉਣ ਆਉਂਦਾ, ਤੁਹਾਨੂੰ ਕੋਈ ਲੈਸਨ ਸਿਖਾਉਣ ਆਉਂਦਾ। ਜਦੋਂ ਵੀ ਕੋਈ ਮਾੜਾ ਟਾਈਮ ਆਉਂਦਾ, ਹਮੇਸ਼ਾ ਇਹ ਯਾਦ ਰੱਖਿਆ ਕਰੋ ਵੀ ਇਹ ਚੀਜ਼ ਸਦਾ ਲਈ ਨਹੀਂ ਰਹਿਣੀ। ਹਰੇਕ ਟਾਈਮ ਹਰੇਕ ਚੀਜ਼ ਟੈਂਪਰੇਰੀ ਹੁੰਦੀ ਆ, ਬੰਦਾ ਸਦਾ ਖੁਸ਼ ਵੀ ਨਹੀਂ ਰਹਿੰਦਾ, ਅਤੇ ਔਖੇ ਵਕਤ ਦੁੱਖ ਵਾਲੇ ਇਮੋਸ਼ਨ ਉਹ ਵੀ ਟੈਂਪਰੇਰੀ ਆ ਨਾ। ਬੰਦਾ ਰੋਜ਼ ਥੋੜ੍ਹੀ ਰੋਜ਼ ਵੀ ਨਹੀਂ ਬੰਦਾ ਦੁਖੀ ਰਹਿੰਦਾ। ਇੱਕ ਬੈਲੈਂਸ ਆ, ਅਪ ਐਂਡ ਡਾਊਨ ਲਾਈਫ ਚੱਲਦੀ ਰਹਿੰਦੀ ਆ, ਇੱਕ ਬੈਲੈਂਸ ਬਣਾ ਕੇ ਰੱਖਣਾ ਪੈਂਦਾ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਜਿੰਨੇ ਜ਼ਿਆਦਾ ਤੁਹਾਡੀ ਲਾਈਫ ਔਖੀ ਹੋਊਗੀ, ਉਨਾ ਜ਼ਿਆਦਾ ਤੁਸੀਂ ਅੰਦਰੋਂ ਮਜ਼ਬੂਤ ਹੋਵੋਗੇ, ਉਨਾ ਜ਼ਿਆਦਾ ਤੁਸੀਂ ਆਪਦੇ ਪੈਰਾਂ ਸਿਰ ਖੜ ਸਕੋਗੇ, ਤੁਹਾਨੂੰ ਹੋਰ ਕਿਸੇ 'ਤੇ ਡਿਪੈਂਡ ਕਰਨ ਦੀ ਲੋੜ ਨਹੀਂ। ਹਰ ਮਾਂ ਬਾਪ ਇਹੀ ਦੇਖਣਾ ਚਾਹੁੰਦਾ ਹੁੰਦਾ ਵੀ ਸਾਡਾ ਨਿਆਣਾ ਆਪਦੇ ਪੈਰਾਂ ਸਿਰ ਖੜ ਗਿਆ, ਆਪ ਆਪਦਾ ਵਧੀਆ ਬਣਾ ਰਿਹਾ, ਆਪਦਾ ਫਿਊਚਰ ਬਣਾ ਰਿਹਾ, ਆਪਦਾ ਕਰੀਅਰ ਬਣਾ ਰਿਹਾ। ਸੋ ਜਦੋਂ ਵੀ ਆਪਾਂ ਇਹ ਰਾਹ ਵੱਲ ਤੁਰ ਪੈਂਦੇ ਹਾਂ, ਆਪਾਂ ਆਪਣਾ ਕਰੀਅਰ ਬਣਾਉਣਾ ਹੁੰਦਾ, ਆਪਣਾ ਫਿਊਚਰ ਬਣਾਉਣਾ ਹੁੰਦਾ, ਤਾਂ ਉਹ ਰਾਹ ਬਿਲਕੁਲ ਮਤਲਬ ਸੌਖਾ ਨਹੀਂ ਹੁੰਦਾ, ਉਹ ਰਾਹ 'ਚ ਟੋਏ ਬਹੁਤ ਆਉਂਦੇ ਨੇ। ਪਰ ਜਿੰਨੀ ਵਾਰ ਵੀ ਤੁਸੀਂ ਡਿੱਗੋਗੇ, ਉਨੀ ਵਾਰ ਤੁਸੀਂ ਆਪਦੀ ਗਲਤੀ ਤੋਂ ਸਿੱਖੋਗੇ, ਉਹ ਚੀਜ਼ ਦੀ ਲੋੜ ਹੁੰਦੀ ਆ ਤੁਹਾਨੂੰ। ਜੇ ਤੁਸੀਂ ਭੋਲੇ ਬਣ ਕੇ ਰਹੋਗੇ, ਸਾਊ ਬਣ ਕੇ ਰਹੋਗੇ, ਤਾਂ ਮਤਲਬ ਇਹ ਦੁਨੀਆ ਹੁਣ ਅੱਜ ਦੇ ਟਾਈਮ ਜਿਹੋ ਜਿਹੀ ਦੁਨੀਆ ਬਣੀ ਆ ਨਾ, ਇਹ ਸਾਊ ਬਣ ਕੇ ਰਹਿਣ ਵਾਲੀ ਦੁਨੀਆ ਨਹੀਂ ਹੈਗੀ। ਸੋ ਤੁਹਾਨੂੰ ਇਹ ਚੀਜ਼ਾਂ ਦੀ ਲੋੜ ਆ, ਤੁਹਾਨੂੰ ਇਹ ਐਕਸਪੀਰੀਅੰਸ ਕਰਨ ਦੀ ਲੋੜ ਆ, ਤੁਹਾਨੂੰ ਹੋਰ ਲੋਕਾਂ ਤੋਂ ਧੋਖਿਆਂ ਦੀ ਲੋੜ ਆ, ਤੁਹਾਨੂੰ ਖਾਲੀ ਜੇਬ ਅਤੇ ਖਾਲੀ ਢਿੱਡ, ਇਹ ਚੀਜ਼ਾਂ ਜੇ ਤੁਸੀਂ ਐਕਸਪੀਰੀਅੰਸ ਕਰੋਗੇ ਤਾਂ ਤੁਹਾਨੂੰ ਹੋਰ ਇਹ ਚੀਜ਼ਾਂ ਮਜ਼ਬੂਤ ਕਰਨਗੀਆਂ। ਸੋ ਮਿੱਤਰੋ, ਐਟ ਦੀ ਐਂਡ ਇਹ ਮੇਰੀ ਵੀਡੀਓ ਬਣਾਉਣ ਦਾ ਪੁਆਇੰਟ ਇਹ ਸੀ, ਜੋ ਮਰਜ਼ੀ ਹੋਏ ਲਾਈਫ 'ਚ ਹਮੇਸ਼ਾ ਆਪਦੇ ਘਰਦਿਆਂ ਨੂੰ ਪਹਿਲੇ ਨੰਬਰ 'ਤੇ ਰੱਖੋ। ਜੋ ਕੁਛ ਵੀ ਅੱਜ ਤੱਕ ਤੁਹਾਡੇ ਘਰਦਿਆਂ ਨੇ ਤੁਹਾਡੇ ਲਈ ਕੀਤਾ, ਜਿੰਨੇ ਵੀ ਉਹਨਾਂ ਨੇ ਫੈਸਲੇ ਲਏ ਨੇ, ਜਿਹੜੇ ਵੀ ਉਹਨਾਂ ਨੇ ਅੱਜ ਤੱਕ ਡਿਸੀਜਨ ਲਏ ਨੇ, ਉਹ ਤੁਹਾਡੇ ਕਰਕੇ ਲਏ ਨੇ, ਉਹ ਤੁਹਾਡੀ ਫਿਊਚਰ ਕਰਕੇ ਲਏ ਨੇ ਵੀ ਸਾਡੇ ਬੱਚੇ ਦੀ ਫਿਊਚਰ ਬੈਟਰ ਹੋ ਸਕੇ। ਅਤੇ ਉਹ ਵਾਪਸੀ 'ਚ ਤੁਹਾਤੋਂ ਕੁਛ ਨਹੀਂ ਚਾਹੁੰਦੇ, ਉਹ ਵਾਪਸੀ 'ਚ ਇੱਕ ਹੀ ਚੀਜ਼ ਚਾਹੁੰਦੇ ਨੇ ਵੀ ਸਾਡਾ ਨਿਆਣਾ ਵਧੀਆ ਬਣੇ, ਵਧੀਆ ਆਪਦਾ ਕਰੀਅਰ ਬਣਾਵੇ, ਤਰੱਕੀ ਕਰੇ, ਗਲਤ ਕੰਮਾਂ 'ਚ ਨਾ ਪਏ। ਸੋ ਇਹ ਮਿਨੀਮਮ ਆ ਜੋ ਤੁਸੀਂ ਵਾਪਸੀ 'ਚ ਦੇ ਸਕਦੇ ਹੋ, ਉਹਨਾਂ ਤੋਂ ਜ਼ਿਆਦਾ ਮੈਨੂੰ ਲੱਗਦਾ ਕੋਈ ਹੋਣਾ ਨਹੀਂ ਇਹ ਦੁਨੀਆ ਤੋਂ ਜੋ ਤੁਹਾਨੂੰ ਵਧੀਆ ਐਂ ਖੁਸ਼ ਦੇਖਣਾ ਚਾਹੁੰਦਾ ਹੋਊਗਾ। ਹੁਣ ਕਾਫੀ ਲੋਕ ਇਹ ਗੱਲਾਂ ਸੁਣ ਕੇ ਰਿਲੇਟ ਵੀ ਕਰ ਸਕਦੇ ਨੇ, ਕਿਉਂਕਿ ਪ੍ਰੋਬਬਲੀ ਉਹਨਾਂ ਦੀ ਲਾਈਫ 'ਚ ਵੀ ਇਹ ਸੇਮ ਐਕਸਪੀਰੀਅੰਸਿਸ ਹੋਏ ਹੋਣਗੇ। ਕਾਫੀ ਲੋਕ ਕਹਿੰਦੇ ਹੋਣਗੇ ਵੀ ਯਾਰ ਇਹ ਤਾਂ ਉਈ ਬੈਠਾ ਬੋਲੀ ਜਾਂਦਾ, ਪਰ ਕੋਈ ਗੱਲ ਨਹੀਂ, ਜੇ ਤੁਸੀਂ ਇਹ ਗੱਲਾਂ ਤੋਂ ਨਹੀਂ ਸਮਝ ਸਕੇ ਤਾਂ ਜ਼ਿੰਦਗੀ ਨੇ ਤੁਹਾਨੂੰ ਆਪ ਹੀ ਸਿਖਾ ਦੇਣਾ। ਤੋ ਆ ਸੀਗੀ ਅੱਜ ਦੀ ਵੀਡੀਓ, ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ। ਜੇ ਤੁਹਾਨੂੰ ਇੱਦਾਂ ਦੀ ਵੀਡੀਓਜ਼ ਹੋਰ ਚਾਹੀਦੀਆਂ ਨੇ ਤਾਂ ਮੈਨੂੰ ਜ਼ਰੂਰ ਕਮੈਂਟਸ ਵਿੱਚ ਦੱਸਿਆ ਕਰੋ, ਆਪਾਂ ਇੱਦਾਂ ਦੇ ਹੋਰ ਵੀਡੀਓਜ਼ ਲਿਆਵਾਂਗੇ। ਅਤੇ ਹਮੇਸ਼ਾ ਹੀ ਤਰ੍ਹਾਂ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਕਰ ਦਿਓ, ਅਤੇ ਆਪਾਂ ਮਿਲਦੇ ਹਾਂ ਅਗਲੀ ਵਾਰ। ਓਕੇ।